ਮਾਰਨਿੰਗਸ ਲਾਈਟ ਪਿਆਰੇ ਬੱਚਿਓ ਅੱਜ ਮਿਤੀ 10 ਮਾਰਚ 2023 ਦਿਨ ਸ਼ੁੱਕਰਵਾਰ ਜਿਸ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਫਰਾਈਡੇ ਕਹਿੰਦੇ ਹਾਂ ਐਫ ਆਰ ਆਈ ਡੀ ਏ ਵਾਈ ਫਰਾਈਡੇ ਆਊਟ ਕਰਦੇ ਹਾਂ ਅੱਜ ਦਾ ਵਿਚਾਰ ਚੰਗੀ ਸੋਚ ਵਿਅਕਤੀ ਨੂੰ ਹਮੇਸ਼ਾ ਚੰਗਾ ਰਾ ਦਿਖਾਉਂਦੀ ਹੈ ਪਿਆਰੇ ਬੱਚਿਓ ਸਾਨੂੰ ਹਮੇਸ਼ਾ ਆਪਣੀ ਸੋਚ ਨੂੰ ਸਹੀ ਰੱਖਣਾ ਚਾਹੀਦਾ ਹੈ ਹਮੇਸ਼ਾ ਚੰਗਾ ਸੋਚਣਾ ਚਾਹੀਦਾ ਹੈ ਬੱਚਿਓ ਜੇ ਜਦੋਂ ਸਾਡੀ ਸੋਚ ਚੰਗੀ ਹੋਵੇਗੀ ਤਾਂ ਸਾਡ ਨੂੰ ਆਉਣ ਵਾਲੇ ਰਸਤੇ ਵੀ ਚੰਗੇ ਹੀ ਮਿਲਣਗੇ ਬੱਚਿਓ ਜੇਕਰ ਸਾਡੀ ਸੋਚ ਸਹੀ ਹੋਏਗੀ ਤਾਂ ਅਸੀਂ ਸਹੀ ਰਾਹਾਂ ਤੇ ਚੱਲਾਂਗੇ ਬੱਚਿਓ ਸੋਚ ਸਹੀ ਰੱਖਣ ਦੇ ਨਾਲ ਜ਼ਿੰਦਗੀ ਵਿੱਚ ਮੁਸ਼ਕਲਾਂ ਮਾ ਕਠਿਨਾਈਆਂ ਨਹੀਂ ਆਉਂਦੀਆਂ ਸੋ ਬੱਚਿਓ ਹਮੇਸ਼ਾ ਚੰਗੀ ਸੋਚ ਰੱਖ ਕੇ ਹੀ ਜੀਵਨ ਨੂੰ ਬਤੀਤ ਕਰਨਾ ਚਾਹੀਦਾ ਹੈ ਤਾਂ ਜੋ ਸਾਡਾ ਜੀਵਨ ਬਹੁਤ ਵਧੀਆ ਗੁਜ਼ਰੇ ਆਵਰਦੇ ਹਾਂ ਗਿਆਨ ਵਿਗਿਆਨ ਪੰਜਾਬ ਦੇ ਲੋਕ ਸਭਾ ਹਲਕੇ ਕਿੰਨੇ ਹਨ ਪਿਆਰੇ ਬੱਚਿਓ ਪੰਜਾਬ ਦੇ ਲੋਕ ਸਭਾ ਹਲਕੇ 13 ਹਨ ਪੰਜਾਬ ਦੀ ਮੁੱਖ ਫਸਲ ਕਿਹੜੀ ਹੈ ਬੱਚਿਓ ਪੰਜਾਬ ਦੀ ਮੁੱਖ ਫਸਲ ਕਨਕ ਹੈ ਧਰਤੀ ਦੀ ਕਿਹੜੀ ਗਤੀ ਕਾਰਨ ਰੁੱਤਾਂ ਬਦਲਦੀਆਂ ਹਨ ਬੱਚਿਓ ਧਰਤੀ ਦੀ ਸਾਲਿਕ ਗਤੀ ਕਾਰਨ ਰੁੱਤਾਂ ਬਦਲਦੀਆਂ ਹਨ ਪੰਜਾਬ ਦਾ ਮੁੱਖ ਚਿੜੀਆਕਰ ਕਿੱਥੇ ਸਥਿਤ ਹੈ ਬੱਚਿਓ ਪੰਜਾਬ ਦਾ ਮੁੱਖ ਚਿੜੀਆਕਰ ਛਤਬੀੜ ਵਿਖੇ ਸਥਿਤ ਹੈ ਇੱਕ ਕਿਰਨ ਦੇ ਕਿੰਨੇ ਅੰਤਿਮ ਬਿੰਦੂ ਹੁੰਦੇ ਹਨ ਬੱਚਿਓ ਇੱਕ ਕਿਰਨ ਦਾ ਇੱਕ ਹੀ ਅੰਤਿਮ ਬਿੰਦੂ ਹੁੰਦਾ ਹੈ ਆਓ ਬੁਝੀਏ ਜਾਂ ਅੱਜ ਦੀ ਬੁਝਾਰਤ ਨੀਲੀ ਟਾਕੀ ਚੌਲ ਬੱਦੇ ਦਿਨੇ ਗੁਆਚੇ ਰਾਤੀ ਲੱਭੇ ਪਿਆਰੇ ਬੱਚਿਓ ਜੋ ਅੱਜ ਦੀ ਬੁਝਾਰਤ ਹੈ ਉਸ ਦਾ ਉੱਤਰ ਹੈ ਤਾਰੇ ਆਓ ਕਰਦੇ ਹਾਂ ਵਰਡਸ ਫਾਰ ਪ੍ਰੈਕਟਿਸ ਫਸਟ ਵਰਡ ਇਜ਼ ਡਾਫਟ ਡੀ ਏ ਐਫ ਟੀ ਡਾਫਟ ਡਾਫਟ ਮੀਨ ਮੂਰਖ ਸੈਕਿੰਡ ਵਰਡ ਇਜ਼ ਡੈਬਰੀ ਡੀ ਈ ਪੀ ਆਰ ਆਈ ਐਸ ਡੈਬਰੀ ਡੈਬਰੀ ਵਿਚ ਆਪਾਂ ਮਲਵੇ ਨੂੰ ਕਹਿੰਦੇ ਹਾਂ ਡਾਰਥ ਡੀ ਈ ਏ ਆਰ ਟੀ ਐਚ ਡਾਰਥ ਡਾਰਥ ਮੀਨ ਕਮੀ D E I T Y D E I T Y ਦੇਅਟੀ ਬੱਚਿਓ ਆਪਾਂ ਦੇਵਤਾ ਨੂੰ ਕਹਿੰਦੇ ਹਾਂ ਡੈਲੀਕੇਟ D E L I C A T E ਡੈਲੀਕੇਟ ਡੈਲੀਕੇਟ ਬੱਚਿਓ ਨਾਜ਼ੁਕ ਉਹ ਵਸਤੂ ਜੋ ਬਹੁਤ ਜਲ ਟੁੱਟ ਜਾਂਦੀ ਹੈ ਪਿਆਰੇ ਬੱਚਿਓ ਅਸੀਂ ਸਾਡੀ ਅੱਜ ਦੀ ਮਾਰਨਿੰਗ ਸਲਾਈਡ ਆਸ ਕਰਦਾ ਹਾਂ ਕਿ ਜੋ ਵੀ ਤੁਸੀਂ ਸੁਣਿਆ ਹੈ ਉਸ ਨੂੰ ਰਿਵਾਈਜ਼ ਕਰੋਗੇ ਅਤੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਦੇ ਰਹੋਗੇ थैंक यू बेटा जी